ਬਠਿੰਡਾ ਦੇ ਹਰਬੰਸ ਨਗਰ ਵਾਸੀਆਂ ਕੀਤਾ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਜੋ ਕਿਸਾਨ ਇੰਨੀ ਠੰਡ ਵਿੱਚ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ, ਅਸੀਂ ਆਪਣਾ ਫਰਜ਼ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਕਿ ਇਹ ਜੋ ਗੰਦੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਹਨ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਸਰ ਠੀਕ ਆ, ਬਠਿੰਡਾ ਹਰਬੰਸ ਨਗਰ ਅਜੇ ਅਸੀਂ ਕਿਸਾਨਾਂ ਦੇ ਹੱਕ ਚ ਬੋਲ ਰਹੇ ਹਾਂ ਜੀ। ਜਿਹੜੇ ਸਾਡੇ ਭਰਾ ਇੰਨੀ ਸਰਦੀ ਚ ਡੇਢ ਮਹੀਨੇ ਤੋਂ ਦਿੱਲੀ ਵਿੱਚ ਧਰਨਾ ਲਾਈ ਬੈਠੇ ਨੇ ਆਪਣੇ ਹੱਕਾਂ ਲਈ, ਉਹਨਾਂ ਲਈ ਅਸੀਂ ਸਮਾਰਥ ਵਿੱਚ ਬੱਚਿਆਂ ਦੀ ਰੈਲੀ ਕੱਢ ਰਹੇ ਹਾਂ, ਰੋਸ ਮਾਰਚ ਕੱਢ ਰਹੇ ਹਾਂ ਕਿ ਮੋਦੀ ਸਰਕਾਰ ਗੰਦੀ ਸਰਕਾਰ ਹੈ ਜਿਹਨੇ ਕਾਨੂੰਨਾਂ ਨੂੰ ਇੰਨਾ ਗੰਦਾ ਬਣਾਇਆ ਕਿ ਕਿਸਾਨਾਂ ਦੀ ਜੀਣਾ ਹਰਾਮ ਕਰ ਦਿੱਤਾ, ਉਹਨਾਂ ਦੇ ਹੱਥਾਂ 'ਚ ਰੋਟੀ ਖੋ ਕੇ ਉਹਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਸਰਕਾਰ। ਇਸ ਕਰਕੇ ਅਸੀਂ ਬੱਚਿਆਂ ਨਾਲ ਲੈ ਕੇ ਸਵਾਗਤ ਕਰ ਰਹੇ ਹਾਂ ਉਹਨਾਂ ਦਾ, ਉਹਨਾਂ ਕਿਸਾਨ ਭਰਾਵਾਂ ਦਾ ਜਿਹੜੇ ਹੱਕ ਲਈ ਆਉਂਦੇ ਲਈ ਇੰਨੀ ਠੰਡ 'ਚ ਮੀਂਹ ਵਰਦੇ 'ਚ ਬੈਠੇ ਹੋਏ ਹਨ। ਐਡਵੋਕੇਟ ਹੀਨਾ ਹੈ, ਮੈਂ ਹਰਬੰਸ ਨਗਰ ਬਠਿੰਡੇ ਦੀ ਰਹਿਣ ਵਾਲੀ ਹਾਂ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੋ ਸਰਕਾਰ ਨੇ ਇਹ ਕਾਲੇ ਕਾਨੂੰਨ ਬਣਾਏ ਹਨ ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਸਾਡਾ ਜਿਹੜਾ ਭਾਈਚਾਰਾ ਕਿਸਾਨ ਭਾਈਚਾਰਾ ਉਹ ਦਿੱਲੀ ਰੁਲ ਰਿਹਾ, ਉਹਨਾਂ ਨੂੰ ਦਿਖ ਨਹੀਂ ਰਿਹਾ ਕਿ ਇੰਨੀ ਠੰਡ ਦੇ ਵਿੱਚ ਸਰਕਾਰ ਉਹਨਾਂ ਤੇ ਇੰਨੇ ਜ਼ੁਲਮ ਕਰ ਰਹੀ ਹੈ, ਉਹਨਾਂ ਨੂੰ ਇਹ ਵੀ ਨਹੀਂ ਦਿਖ ਰਿਹਾ ਕਿ ਉੱਥੇ ਲੋਕ ਕਿਵੇਂ ਬੈਠੇ ਨੇ। ਬਹੁਤ ਗਲਤ ਹੋ ਰਿਹਾ, ਬਹੁਤ ਧੱਕਾ ਹੋ ਰਿਹਾ, ਜਲਦ ਤੋਂ ਜਲਦ ਸਰਕਾਰ ਨੂੰ ਇਹ ਫੈਸਲਾ ਆਪਣਾ ਬਦਲਣਾ ਚਾਹੀਦਾ ਹੈ। ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਹੀ ਰੋਸ ਪ੍ਰਦਰਸ਼ਨ ਕਰਨ ਆਏ ਹਾਂ ਕਿ ਸਰਕਾਰ ਜਲਦ ਤੋਂ ਜਲਦ ਆਪਣਾ ਫੈਸਲਾ ਵਾਪਸ ਲੈ। ਹਰਬੰਸ ਨਗਰ ਬਠਿੰਡਾ ਦਾ ਰਹਿਣ ਵਾਲਾ ਹਾਂ ਔਰ ਸਾਨੂੰ ਇਹ ਸਰਕਾਰ ਪ੍ਰਤੀ ਬਹੁਤ ਵੱਡਾ ਰੋਸ ਹੈ ਜਿਹਨੇ ਕਾਲੇ ਕਾਨੂੰਨ ਪੈਦਾ ਕਰਕੇ ਔਰ ਸਾਰੇ ਆਪਣਾ ਜ਼ਿਮੀਂਦਾਰਾਂ ਤੋਂ ਅਤੇ ਸਾਰੇ ਲੋਕਾਂ ਤੋਂ ਜ਼ਮੀਨਾਂ ਖੋਣ ਤੱਕ ਦਾ ਕੀਤਾ ਹੋਇਆ। ਬੰਦਾ ਸਿੰਘ ਬਹਾਦਰ ਇੱਕ ਦੇਸ਼ ਕੌਮ ਦੇ ਹੀਰੇ ਸਨ ਜੋ ਗੁਰੂ ਗੋਬਿੰਦ ਸਿੰਘ ਨੇ ਦੇ ਥਾਪੜੇ ਨਾਲ ਇਸ ਸੰਸਾਰ ਦੁਨੀਆਂ 'ਤੇ ਆਏ। ਉਦੋਂ ਵੀ ਜਿਹੜੇ ਰਾਜੇ ਹੁੰਦੇ ਸਨ ਉਹਨਾਂ ਜ਼ਮੀਨਾਂ ਸਾਰੀਆਂ ਅੰਡਰ ਹੁੰਦੀਆਂ ਸਨ ਔਰ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਨੂੰ ਆਜ਼ਾਦ ਕਰਾ ਕੇ ਆਪਣੇ ਇਹ ਜਨਤਾ ਨੂੰ ਇਹ ਜ਼ਿਮੀਂਦਾਰਾਂ ਨੂੰ ਦਿੱਤੀਆਂ ਔਰ ਅੱਜ ਇਹ ਸਰਕਾਰਾਂ ਇਹ ਜਿਹੜੀਆਂ ਜ਼ਮੀਨਾਂ ਖੋਣ 'ਤੇ ਆਈਆਂ ਹੋਈਆਂ ਹਨ ਔਰ ਜਿਹੜੇ ਆਮ ਲੋਕ ਕੰਮ ਕਰਦੇ ਹਨ ਉਹਨਾਂ ਦੀਆਂ ਜਿਹੜੀਆਂ ਕੋਈ ਤਨਖਾਹਾਂ ਕੋਈ 5,000 4,000 ਹਨ ਪਰ ਜੋ ਕਿ ਇਸ ਮਹਿੰਗਾਈ ਦੇ ਵਿੱਚ ਇਹਨਾਂ ਨੂੰ ਆਪਣਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਸੋ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਹਾਂ, ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਲੋਕਾਂ ਨੂੰ ਵਾਪਸ ਕੀਤੀਆਂ ਸਨ, ਅੱਜ ਉਹੀ ਜ਼ਮੀਨਾਂ ਜਿਹੜੀਆਂ ਮੋਦੀ ਸਰਕਾਰ ਸੈਂਟਰ ਸਰਕਾਰਾਂ ਹੜੱਪਣ ਵਾਸਤੇ ਤਿਆਰ ਬੈਠੀਆਂ ਹਨ ਵੀ ਕਿਹੜੇ ਵੇਲੇ ਇਹ ਪਾਸੇ ਹੁਣ ਅਸੀਂ ਇਹਨਾਂ ਜ਼ਮੀਨਾਂ ਹੜੱਪਣ। ਐਡਵੋਕੇਟ ਅੱਜ ਬੰਦੇ ਆ ਵਾਸੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਅਸੀਂ ਰੋਸ ਮਾਰਚ ਕੀਤਾ, ਜਿਹੜੇ 3 ਕਾਲੇ ਕਾਨੂੰਨ ਬਣਾਏ ਹੈ ਇਹ ਛੇਤੀ ਛੇਤੀ ਮੋਦੀ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਅਤੇ MSP ਨੂੰ ਕਾਨੂੰਨੀ ਸ਼ੇਪ ਦੇਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਦੀ ਲੁੱਟ ਖਸੁੱਟ ਹੋਣੋਂ ਬੰਦ ਹੋ ਜਾਵੇ, ਪੱਕੇ ਤੌਰ 'ਤੇ ਉਹਨਾਂ ਨੂੰ ਮਿਲੇ ਜ਼ਿਆਦਾ ਵਾਜਬ ਕੀਮਤ ਮਿਲੇ ਆਪਣੀ ਫਸਲ ਦੀ। ਇਹ ਤਿੰਨੇ ਕਾਨੂੰਨ ਜਿਹੜੇ ਬੜੇ ਮਾਰੂ ਹੈ, ਇਹ ਇਕੱਲੇ ਕਿਸਾਨਾਂ ਵਾਸਤੇ ਨਹੀਂ ਸਾਰੇ ਦੇਸ਼ ਵਾਸੀਆਂ ਵਾਸਤੇ, ਗਰੀਬ ਮਜ਼ਦੂਰ ਸਾਰੇ ਜਿੰਨੇ ਜੋ ਵੀ ਅੰਨ ਖਾਂਦੇ ਹੈ ਸਾਰਿਆਂ ਵਾਸਤੇ ਬੜਾ ਖਤਰਨਾਕ ਸਿੱਧ ਹੋਊ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।